ਕੈਨੇਡਾ ਦੇ ਇੰਡਸਟਰੀਅਲ ਮਿਨਿਸਟਰ ਵੱਲੋਂ ਕੈਨੇਡਾ ਦੀਆਂ ਪੰਜ ਵੱਡੀਆਂ ਗਰੋਸਰੀ ਚੇਨਜ਼ ਦੇ ਨਾਲ ਓਟਵਾ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਇਸ ਮੀਟਿੰਗ ਤੋਂ ਬਾਅਦ ਮਿਨਿਸਟਰ ਨੇ ਇਹ ਦਾਅਵਾ ਕੀਤਾ ਹੈ ਕਿ ਪੰਜੇ ਗਰੋਸਰੀ ਚੇਨਜ਼ ਦੇ ਸੀਈਓਜ਼ ਨੇ ਭਰੋਸਾ ਦਿੱਤਾ ਹੈ ਕਿ ਉਹ ਕੀਮਤਾਂ ਨੂੰ ਸਟੇਬਲ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਨਾਲੋਂ ਨਾਲ ਕੀਮਤਾਂ ਘਟਾਉਣ ਦੇ ਲਈ ਵੀ ਕੋਈ ਨਾ ਕੋਈ ਵਿਕਲਪ ਤੇ ਕੋਸ਼ਿਸ਼ਾਂ ਜਾਰੀ ਰੱਖੀਆਂ ਜਾਣਗੀਆਂ ਕੈਨੇਡਾ ਦੇ ਵਿੱਚ ਗਰੋਸਰੀ ਦੀਆਂ ਕੀਮਤਾਂ ਪਿਛਲੇ ਸਮੇਂ ਦੌਰਾਨ ਇੱਕ ਵੱਡਾ ਮੁੱਦਾ ਬਣੀਆਂ ਰਹੀਆਂ ਨੇ ਤੇ ਇਸ ਨੂੰ ਘਟਾਉਣ ਦੀ ਮੰਗ ਲੋਕ ਲਗਾਤਾਰ ਕਰ ਰਹੇ ਸੀ ਆਖਰਕਾਰ ਫੈਡਰਲ ਸਰਕਾਰ ਵੱਲੋਂ ਇਸ ਮਸਲੇ ਦੇ ਵਿੱਚ ਇੰਟਰਵੈਨ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਸਪੱਸ਼ਟ ਰੂਪ ਦੇ ਵਿੱਚ ਇਹ ਗੱਲਬਾਤ ਆਖੀ ਗਈ ਕਿ ਸਰਕਾਰ ਕੀਮਤਾਂ ਕੰਟਰੋਲ ਕਰਨ ਦੇ ਲਈ ਕੈਨੇਡਾ ਦੀਆਂ ਪੰਜ ਵੱਡੀਆਂ ਗਰੋਸਰੀ ਚੇਨਜ਼ ਦੇ ਨਾਲ ਮੁਲਾਕਾਤ ਕਰੇਗੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਆਖਿਆ ਸੀ ਕਿ ਜੇਕਰ ਵੱਡੀਆਂ ਗਰੋਸਰੀ ਚੇਨਜ਼ ਥੈਂਕਸ giving ਤੱਕ ਇਸ ਮਾਮਲੇ 'ਚ ਕੋਈ ਕਦਮ ਨਹੀਂ ਚੁੱਕਦੀਆਂ ਤਾਂ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਕਦਮ ਚੁੱਕਣੇ ਪੈਣਗੇ ਇਸੇ ਦੌਰਾਨ ਹੀ ਕੈਨੇਡਾ ਦੇ ਇੰਡਸਟਰੀਅਲ ਮਿਨਿਸਟਰ ਫਰਾਂਸ਼ੂਆ ਫਿਲਪ ਸ਼ੈਂਪੇਨ ਨੇ ਆਟਵਾ ਦੇ ਵਿੱਚ ਵੱਡੀਆਂ ਪੰਜ ਗਰੋਸਰੀ ਚੇਨਸ ਲੈਵਲੋਜ਼ ਸ਼ੋਬੀਜ਼ ਅਤੇ ਮੈਟਰੋ ਕੋਸਕੋ ਤੇ ਵਾਲਮਾਰਟ ਦੇ ਸੀਈਓਜ਼ ਨੂੰ ਵਿਅਕਤੀਗਤ ਤੌਰ ਤੇ ਮੀਟਿੰਗ ਦੇ ਲਈ ਬੁਲਾਇਆ ਇਸ ਮੀਟਿੰਗ ਦੇ ਵਿੱਚ ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਵੱਲੋਂ ਵੀ ਕੁਝ ਸਮੇਂ ਦੇ ਲਈ ਹਾਜ਼ਰੀ ਭਰੀਗੀ ਪਰ ਮੇਨ ਤੌਰ ਤੇ ਮਨਿਸਟਰ ਸ਼ੈਂਪੀਨ ਦੇ ਵੱਲੋਂ ਇਸ ਮੀਟਿੰਗ ਨੂੰ ਨੇਪਰੇ ਚੜਾਇਆ ਗਿਆ ਇਸ ਮੀਟਿੰਗ ਦੇ ਵਿੱਚ ਕੀਮਤਾਂ ਸਟੇਬਲ ਕਰਨ ਦੇ ਲਈ ਵੱਡੀ ਵਿਚਾਰ ਚਰਚਾ ਹੋਈ ਜਿਸ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਿਸਟਰ ਨੇ ਦੱਸਿਆ ਕਿ ਪੰਜੇ ਵੱਡੀਆਂ ਗਰੋਸਰੀ ਚੇਨਸ ਦੇ ਸੀਈਓਜ਼ ਕੀਮਤਾਂ ਨੂੰ ਨਿਯੰਤਰਿਤ ਕਰਨ ਦੇ ਲਈ ਤਿਆਰ ਨੇ ਅਤੇ ਇਸ ਦੇ ਲਈ ਹਰ ਸੰਭਵ ਮਦਦ ਕਰਨ ਅਤੇ ਹਰ ਸੰਭਵ ਕਦਮ ਚੱਕਣ ਦਾ ਭਰੋਸਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਜਿਸ ਨੇ ਸਪੱਸ਼ਟ ਰੂਪ ਦੇ ਵਿੱਚ ਆਖਿਆ ਕਿ ਕੈਨੇਡੀਅਨਸ ਨੂੰ ਅਫੋਰਡੇਬਲ ਅਤੇ ਲੋ ਕੋਸਟ ਆਫ ਲਿਵਿੰਗ ਮੁਹੱਈਆ ਕਰਵਾਉਣਾ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਇਸ ਦੇ ਲਈ ਲਗਾਤਾਰ ਕੈਨੇਡੀਅਨ ਸਰਕਾਰ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਵਿਰੋਧੀ ਧਿਰ ਦੇ ਲੀਡਰ ਪੀਰੇ ਪੋਲੀਆਬ ਨੇ ਇਸ ਮੀਟਿੰਗ ਨੂੰ ਫੋਟੋ ਸੈਸ਼ਨ ਦਾ ਨਾਮ ਦਿੱਤਾ ਉਹਨਾਂ ਆਖਿਆ ਕਿ ਬੇਸ਼ੱਕ ਮਨਿਸਟਰ ਦੇ ਵੱਲੋਂ ਵੱਡੀਆਂ ਕੰਪਨੀਆਂਜ਼ ਦੇ ਸੀਈਓਜ਼ ਦੇ ਨਾਲ ਮੀਟਿੰਗ ਕੀਤੀ ਗਈ ਹੈ ਪਰ ਇਸ ਦੇ ਵਿੱਚੋਂ ਕੁਝ ਵੀ ਨਹੀਂ ਨਿਕਲੇਗਾ ਇਹ ਸਿਰਫ ਫੋਟੋ ਸੈਸ਼ਨ ਤੱਕ ਹੀ ਸੀਮਤ ਰਹੇਗੀ ਜਦਕਿ ਕੈਨੇਡੀਅਨਸ ਨੂੰ ਅੱਗੇ ਵੀ ਮਹਿੰਗਾ ਦੀ ਗਰੋਸਰੀ ਤੇ ਜਿਆਦਾ ਕੀਮਤਾਂ ਦੇ ਨਾਲ ਯੋਜਨਾ ਪਾਏਗਾ ਕੈਨੇਡਾ ਦੇ ਕੰਪੀਟੀਸ਼ਨ ਬਿਊਰੋ ਵੱਲੋਂ ਪਿਛਲੇ ਸਮੇਂ ਦੌਰਾਨ ਜੋ ਰਿਪੋਰਟ ਦਿੱਤੀ ਗਈ ਸੀ ਉਸ ਰਿਪੋਰਟ ਦੇ ਵਿੱਚ ਫੈਡਰਲ ਸਰਕਾਰ ਨੂੰ ਸਪਸ਼ਟ ਤੌਰ ਦੇ ਉੱਪਰ ਇਹ ਸੁਝਾਅ ਦਿੱਤਾ ਗਿਆ ਸੀ ਕਿ ਕੈਨੇਡਾ ਦੀ ਗਰੋਸਰੀ ਮਾਰਕੀਟ ਦੇ ਵਿੱਚ ਮੁਕਾਬਲੇਬਾਜ਼ੀ ਵਧਾਈ ਜਾਵੇ ਤਾਂ ਕਿ ਦੁਨੀਆ ਪੱਧਰ ਦੀਆਂ ਵੱਡੀਆਂ ਗਰੋਸਰੀ ਚੇਨਸ ਕੈਨੇਡਾ ਦੇ ਵਿੱਚ ਇਨਵੈਸਟ ਕਰਨ ਜਿਸ ਦੇ ਨਾਲ ਵੱਡੀਆਂ ਕੰਪਨੀਆਂਜ਼ 'ਚ ਮੁਕਾਬਲੇਬਾਜ਼ੀ ਵਧੇਗੀ ਅਤੇ ਕੈਨੇਡੀਅਨਸ ਨੂੰ ਸਸਤੇ ਭਾਅ ਦੇ ਉੱਪਰ ਗਰੋਸਰੀ ਮਹੱਈਆ ਹੋਏਗੀ ਇਸ ਤੋਂ ਇਲਾਵਾ ਵੱਤਵੱਤ ਸਟੋਰ ਖੋਲਣ ਅਤੇ ਡੋਮੈਸਟਿਕ ਪੱਧਰ ਤੇ ਕਮਿਊਨਿਟੀ ਵਾਈਜ਼ ਗਰੋਸਰੀ ਸਟੋਰਸ ਨੂੰ ਬਚਾਉਣ ਦੇ ਸੁਝਾਅ ਵੀ ਦਿੱਤੇ ਗਏ ਸਨ ਇਸ ਦੇ ਬਾਅਦ ਹੁਣ ਲੰਬੇ ਸਮੇਂ ਦੇ ਵਿੱਚ ਜਦੋਂ ਗਰੋਸਰੀ ਤੇ ਮਹਿੰਗਾਈ ਹਾਈ ਕਾਸਟ ਆਫ ਲਿਵਿੰਗ ਵੱਡੇ ਮੁੱਦੇ ਬਣ ਗਏ ਨੇ ਤਾਂ ਫੈਡਰਲ ਸਰਕਾਰ ਦੇ ਵੱਲੋਂ ਇਸ ਮਾਮਲੇ 'ਚ ਕਦਮ ਚੁੱਕਣ ਦੀ ਗੱਲਬਾਤ ਆਖੀ ਜਾ ਰਹੀ ਹੈ ਪਰ ਇਹਦੇ ਨਾਲ ਕੈਨੇਡੀਅਨਸ ਨੂੰ ਰਾਹਤ ਮਿਲਦੀ ਹੈ ਕਿ ਨਹੀਂ ਇਹ ਦੇਖਣਾ ਹੋਵੇਗਾ ਫੈਡਰਲ ਸਰਕਾਰ ਦੇ ਵੱਲੋਂ ਪੇਰੈਂਟਸ ਦੇ ਸੰਬੰਧੀ ਪ੍ਰੋਗਰਾਮ ਦੇ ਵਿੱਚ ਡਰਾਅ ਦੁਬਾਰਾ ਤੋਂ ਕੋਲਣ ਦੀ ਗੱਲਬਾਤ ਕੀਤੀ ਜਾ ਰਹੀ ਹੈ 10 ਅਕਤੂਬਰ ਨੂੰ ਪਰਮਨੈਂਟ ਰੈਜ਼ਿਡੈਂਸੀ ਦੇ ਲਈ ਮਾਪਿਆਂ ਨੂੰ ਇਹ ਸੱਦੇ ਭੇਜੇ ਜਾਣਗੇ ਪਰ ਲਗਾਤਾਰ ਚੌਥੇ ਸਾਲ ਇਹ ਸੱਦੇ ਸਿਰਫ ਉਨ੍ਹਾਂ ਹੀ ਯੋਗ ਕੈਨੇਡੀਅਨਸ ਨੂੰ ਭੇਜੇ ਜਾਣਗੇ ਜਿਨ੍ਹਾਂ ਦੇ ਵੱਲੋਂ 2020 ਦੇ ਵਿੱਚ ਇਸ ਪ੍ਰੋਗਰਾਮ ਦੇ ਲਈ ਦਿਲਚਸਪੀ ਦਿਖਾਈ ਗਈ ਸੀ ਤੇ ਫਿਰ ਵੀ ਜਿਵੇਂ 2017 ਚ ਹੋਇਆ ਸੀ ਉਸੇ ਸੱਦੇ ਨੂੰ ਬੇਤਰਤੀਬੇ ਤੌਰ ਤੇ ਲਾਟਰੀ ਰਾਹੀਂ ਕੱਢਿਆ ਗਿਆ ਸੀ ਆਈਆਰਸੀਸੀ ਦੇ ਬੁਲਾਰੇ ਨੇ ਕਿਹਾ ਹੈ ਕਿ 2 ਲੱਖ ਤੋਂ ਵੱਧ ਸੁਭਾਵੀ ਸਪਾਂਸਰਾਂ ਨੇ ਉਸ ਸਾਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਲਿਆਉਣ ਦੇ ਵਿੱਚ ਦਿਲਚਸਪੀ ਦਿਖਾਈ ਸੀ ਉਹਨਾਂ ਆਖਿਆ ਕਿ 2020 ਵਿੱਚ ਪ੍ਰਾਪਤ ਹੋਏ ਪ੍ਰਬੰਧਕਾ ਲਈ ਵਿਆਜ ਦੀ ਮਾਤਰਾ ਨੂੰ ਦੇਖਦੇ ਹੋਏ ਅਜੇ ਵੀ ਪੂਲ ਵਿੱਚ ਕਈ ਐਪਲੀਕੇਸ਼ਨਸ ਬਾਕੀ ਨੇ ਆਈਆਰਸੀਸੀ ਦੁਬਾਰਾ 2023 ਦੇ ਦਾਖਲੇ ਦੇ ਲਈ ਸਬਮਿਸ਼ਨ 2020 ਦੇ ਪੂਲ ਦੀ ਵਰਤੋਂ ਕੀਤੀ ਜਾਏਗੀ ਉਹਨਾਂ ਆਖਿਆ ਕਿ 10 ਅਕਤੂਬਰ ਤੋਂ ਸ਼ੁਰੂ ਹੋਣ ਤੋਂ ਬਾਅਦ 2 ਹਫ਼ਤਿਆਂ ਦੀ ਮਿਆਦ ਦੇ ਵਿੱਚ ਆਈਆਰਸੀਸੀ ਲਗਭਗ 24200 ਲੋਕਾਂ ਨੂੰ ਇਨਵੀਟੇਸ਼ਨ ਭੇਜਣ ਜਾ ਰਹੇ ਹਨ ਵਿੱਚੋਂ ਆਈਆਰਸੀਸੀ ਨੂੰ 15000 ਸਫਲ ਅਰਜ਼ੀਆਂ ਦੀ ਪ੍ਰਕਿਰਿਆ ਕਰਨ ਦੀ ਉਮੀਦ ਹੈ ਇਮੀਗ੍ਰੇਸ਼ਨ ਲਾਅ ਦੇ ਸੀਨੀਅਰ ਵਕੀਲ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਹਰ ਕੋਈ ਇਸ ਗੱਲ ਨਾਲ ਸਹਿਮਤ ਹੋ ਸਕਦਾ ਹੈ ਕਿ 2020 ਦੇ ਵਿੱਚ ਜਿਨ੍ਹਾਂ ਲੋਕਾਂ ਦੇ ਵੱਲੋਂ ਇਸ ਦੇ ਲਈ ਅਪਲਾਈ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਹੀ ਇਸ ਮਾਮਲੇ ਦੇ ਵਿੱਚ ਅੱਗੇ ਲਿਆਉਣਾ ਚਾਹੀਦਾ ਤੇ ਆਖਰੀ ਐਪਲੀਕੇਸ਼ਨ ਚੁੱਕਣ ਤੱਕ ਸਰਕਾਰ ਨੂੰ ਇਸ ਮਾਮਲੇ 'ਚ ਪ੍ਰੋਗਰਾਮ ਨੂੰ ਜਾਰੀ ਰੱਖਣਾ ਚਾਹੀਦਾ ਹੈ ਜੇਕਰ ਇਸ ਸਾਲ ਦੇ ਪੂਲ ਵਿੱਚ ਉੰਜ ਨਾ ਹੋ ਸਕੇ ਤਾਂ ਵੱਡੀ ਦੇਰੀ ਹੋਏਗੀ ਕਿਉਂਕਿ ਇਸ ਦੇ ਬਾਅਦ ਡਰਾ ਦਾ ਹਿੱਸਾ ਜੋ ਲੋਕ ਨਹੀਂ ਬਣ ਸਕਣਗੇ ਉਹਨਾਂ ਨੂੰ ਲਗਭਗ 3 ਸਾਲ ਦਾ ਸਮਾਂ ਪੈਂਡਿੰਗ ਐਪਲੀਕੇਸ਼ਨ ਦੇ ਵਿੱਚ ਹੋ ਜਾਣਾ ਹੈ ਉਹਨਾਂ ਆਖਿਆ ਕਿ ਇਹ ਇੱਕ ਮਹਿੰਗਾ ਵਿਕਲਪ ਹੈ ਪੇਰੈਂਟਾਂ ਤੇ ਗ੍ਰੈਂਡਪੇਰੈਂਟਸ ਨੂੰ 5 ਸਾਲਾਂ ਦੇ ਲਈ ਸਪਾਊਸ ਵੀਜ਼ੇ ਦੇ ਉੱਪਰ ਸੱਦਣਾ ਨਾਲੋਂ ਚੰਗਾ ਹੈ ਕਿ ਉਹ ਪੱਕੇ ਤੌਰ ਤੇ ਆਪਣੇ ਮਾਪਿਆਂ ਨੂੰ ਬੁਲਾਉਣ ਤਾਂ ਜੋ ਉਹ ਆਪਣੇ ਪੋਤੇ-ਪੋਤੀਆਂ ਤੇ ਬੱਚਿਆਂ ਦੇ ਨਾਲ ਰਹਿ ਸਕਣ ਕਿਉਂਕਿ ਬਹੁਤ ਸਾਰੀ ਜਾਣਕਾਰੀ ਅਤੇ ਬਾਕੀ ਚੀਜ਼ਾਂ ਇਕੱਠੀਆਂ ਕਰਨ ਦੇ ਉੱਪਰ ਵੀ ਸਮਾਂ ਲੱਗਦਾ ਹੈ ਅਤੇ ਜੇਕਰ ਪਰਮਾਨੈਂਟ ਰੈਜ਼ੀਡੈਂਸ ਦੇ ਤੌਰ ਤੇ ਮਾਪੇ ਸੱਦੇ ਜਾਂਦੇ ਨੇ ਤੋ ਸੌਖਾ ਬਣ ਜਾਂਦਾ ਹੈ ਦੂਜੇ ਪਾਸੇ ਬਹੁਤ ਸਾਰੇ ਕੈਨੇਡੀਅਨਸ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬਾਪਿਆਂ ਨੂੰ ਪੱਕੇ ਤੌਰ ਤੇ ਇੱਥੇ ਲਿਆਉਣ ਦੇ ਲਈ ਸਰਕਾਰ ਨੂੰ ਪੇਰੈਂਟ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਐਪਲੀਕੇਸ਼ਨਸ ਚੁਕੜੀਆਂ ਚਾਹੀਦੀਆਂ ਨੇ ਅਤੇ ਨੰਮੀਆਂ ਐਪਲੀਕੇਸ਼ਨ ਲੈਣ ਤੋਂ ਪਹਿਲਾਂ 2020 ਦੇ ਪੂਲ ਦੀਆਂ ਐਪਲੀਕੇਸ਼ਨਸ ਨੂੰ ਅੱਗੇ ਵਧਾਉਣੀਆਂ ਚਾਹੀਦੀਆਂ ਨੇ ਪਰ ਫਿਲਹਾਲ ਸਰਕਾਰ 10 ਅਕਤੂਬਰ ਤੋਂ ਇਸ ਮਾਮਲੇ ਦੇ ਵਿੱਚ ਨਵੇਂ ਇਨਵੀਟੇਸ਼ਨ ਭੇਜਣ ਜਾ ਰਹੀ ਹੈ ਜਿਹੜੀਆਂ ਐਪਲੀਕੇਸ਼ਨਸ ਚੁੱਕੀਆਂ ਜਾਣਗੀਆਂ ਨੇ ਉਹ 2020 ਦੇ ਪੂਲ ਵਾਲੀਆਂ ਹੋਣਗੀਆਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ